ਗਾਂਧੀ ਜੀ ਬਹੁਤ ਦੇਰ ਤੋਂ ਜਦ ਦੀ ਅਗਨੀਵੀਰ ਸਕੀਮ ਆਈ ਅਗਨੀਵੀਰ ਸਕੀਮ ਦੇ ਖਿਲਾਫ਼ ਬੋਲ ਰਹੇ ਨੇ, ਅਤੇ ਕਾਂਗਰਸ ਦੀ ਬੜੀ ਸਪਸ਼ਟ ਨੀਤੀ ਹੈ ਕਿ ਦੇਸ਼ ਦੇ ਅੰਦਰ ਇੱਕੋ ਸ਼ਹੀਦ ਹੋਣਾ ਚਾਹੀਦਾ, ਦੋ ਸ਼ਹੀਦਾਂ ਨਹੀਂ ਹੋਣੇ ਚਾਹੀਦੇ। ਜਿਹੜਾ ਰੈਗੂਲਰ ਫੌਜ ਦਾ ਸ਼ਹੀਦ ਹੁੰਦਾ ਉਹਨੂੰ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਅਗਨੀਵੀਰ ਸ਼ਹੀਦ ਨੂੰ ਮਿਲਣੀਆਂ ਚਾਹੀਦੀਆਂ। ਇਸ ਪਰਿਵਾਰ ਨੂੰ ਉਹਨਾਂ 'ਚ ਕੋਈ ਫੈਸਿਲਿਟੀ ਨਹੀਂ ਮਿਲੀ। 6 ਭੈਣਾਂ ਨੇ ਅਜੇ ਸਿੰਘ ਦੀਆਂ, ਮਾਂ ਪਿਓ ਲੇਬਰ ਦਿਹਾੜੀ ਕਰਦੇ ਨੇ, ਪਰ ਉਹਨਾਂ ਦਾ ਮੁੰਡਾ ਦੇਸ਼ ਵਾਸਤੇ ਸ਼ਹੀਦ ਹੋਇਆ, ਨਾ ਉਹਨਾਂ ਨੂੰ ਸ਼ਹਾਦਤ ਦੀ ਪੈਨਸ਼ਨ ਮਿਲ ਰਹੀ ਹੈ, ਨਾ ਮੈਡੀਕਲ ਫੈਸਿਲਿਟੀ ਮਿਲ ਰਹੀ ਹੈ, ਨਾ ਕੰਟੀਨ ਫੈਸਿਲਿਟੀ ਮਿਲ ਰਹੀ ਹੈ, ਅਤੇ ਨਾ ਹੀ ਹੋਰ ਕੋਈ ਸ਼ਹਾਦਤ ਦਾ ਬੈਨੀਫਿਟ ਮਿਲ ਰਿਹਾ। ਕਾਂਗਰਸ ਪਾਰਟੀ ਬੜੀ ਸਪਸ਼ਟ ਹੈ ਕਿ ਅਸੀਂ ਅਗਨੀਵੀਰ ਸਕੀਮ ਬੰਦ ਕਰਾਂਗੇ, ਸਿਰਫ ਅਤੇ ਸਿਰਫ ਰੈਗੂਲਰ ਭਰਤੀ ਕਰਿਆ ਕਰਾਂਗੇ। ਅਸੀਂ ਇਸ ਗੱਲ ਨੂੰ ਲੈ ਕੇ ਬੜੇ ਸਪਸ਼ਟ ਹਾਂ ਕਿ ਜਿਹੜੇ ਅਗਨੀਵੀਰ 'ਚ ਭਰਤੀ ਹੋਏ ਨੇ ਉਹਨਾਂ ਨੂੰ ਵੀ ਰੈਗੂਲਰ ਫੌਜ 'ਚ ਭਰਤੀ ਕਰਾਂਗੇ, ਅਤੇ ਜਿਹੜੇ ਅਗਨੀਵੀਰ ਸਕੀਮ ਆਉਣ ਦੇ ਕਾਰਨ 2 ਲੱਖ ਫੌਜੀ ਮੈਡੀਕਲ ਕਰਾ ਕੇ ਰਹਿ ਗਏ, ਚਿੱਠੀਆਂ ਨਹੀਂ ਮਿਲੀਆਂ, ਉਹਨਾਂ ਨੂੰ ਵੀ ਰੈਗੂਲਰ ਭਰਤੀ ਕਰਾਂਗੇ, ਅਤੇ ਜਿਹੜੇ ਸ਼ਹੀਦ ਹੋਏ ਨੇ ਉਹਨੂੰ ਪੂਰਾ ਸ਼ਹਾਦਤ ਦਾ ਜੋ ਬੈਨੀਫਿਟ ਬਣਦਾ, ਜੋ ਸਨਮਾਨ ਬਣਦਾ ਉਹ ਦੇਵਾਂ। ਸ਼੍ਰੀ ਰਾਹੁਲ ਗਾਂਧੀ ਜੀ ਦੀ ਜਿਹੜੀ ਹੈ ਅਗਨੀਵੀਰ ਨੂੰ ਲੈ ਕੇ ਕੀ ਪੋਲਿਸੀ ਆ, ਵੀ ਜੇ ਸਰਕਾਰ ਸੱਤਾ ਦੇ ਵਿੱਚ ਆਉਣ ਦੇ ਕਾਫੀ ਸਾਧ ਨੇ, ਅਗਨੀਵੀਰ ਦੀ ਕੀ ਮਤਲਬ ਸਥਾਨ ਹੋਊਗਾ? ਅਗਨੀਵੀਰ ਦੇ ਜਿੰਨੇ ਭਰਤੀ ਹੋਏ ਨੇ ਉਹ ਸਾਰੇ ਰੈਗੂਲਰ ਫੌਜ 'ਚ ਪਾਏ ਜਾਣਗੇ। ਅਗਨੀਵੀਰ ਸਕੀਮ ਆਪਦੇ ਅੱਜ ਬੰਦ ਕੀਤੀ ਜਾਊਗੀ, ਜਿਹੜੇ ਉਹ 'ਚ ਭਰਤੀ ਹੋਏ ਨੇ ਉਹ ਸਰਕਾਰ ਦੇ ਰੈਗੂਲਰ ਫੌਜੀ ਬਣਨਗੇ। ਜਿਹੜਾ ਮਤਲਬ ਕਿ ਸ਼ਹੀਦ ਹੋ ਚੁੱਕੇ ਪਰਮ ਬੱਚੇ ਉਹਨਾਂ ਲਈ, ਜਿਹੜੇ ਫੌਜ ਦੇ ਸ਼ਹੀਦ ਹੋਏ ਨੇ ਅਗਨੀਵੀਰ ਦੇ, ਉਹਨਾਂ ਨੂੰ ਉਹੀ ਬੈਨੀਫਿਟ ਮਿਲੂਗਾ ਜਿਹੜੇ ਆਮ ਫੌਜੀ ਸ਼ਹੀਦ ਨੂੰ ਮਿਲਦਾ। ਉਹਦੇ ਅੰਦਰ ਜਿੰਨੀਆਂ ਜੋ ਸਰਕਾਰ ਵੱਲੋਂ ਲਮਸਮ ਪੇਮੈਂਟ ਮਿਲਦੀ ਹੈ, ਇੱਕ ਜੋ ਮੈਡੀਕਲ ਫੈਸਿਲਿਟੀ ਮਿਲਦੀ ਹੈ, ਕੰਟੀਨ ਫੈਸਿਲਿਟੀ ਮਿਲਦੀ ਹੈ, ਸ਼ਹਾਦਤ ਦੀ ਪੈਨਸ਼ਨ ਮਿਲਦੀ ਹੈ ਪਰਿਵਾਰ ਨੂੰ ਪੂਰੀ ਜ਼ਿੰਦਗੀ, ਟਰਾਂਸਪੋਰਟ ਬੈਨੀਫਿਟ ਮਿਲਦੇ ਨੇ, ਸਭ ਕੁਝ ਮਿਲਦਾ, ਇਹਨਾਂ ਨੂੰ ਇਸ ਪਰਿਵਾਰ ਨੂੰ ਕੁਝ ਨਹੀਂ ਮਿਲ ਰਿਹਾ। ਅਸੀਂ ਇਸ ਪਰਿਵਾਰ ਨੂੰ ਬਦਲਾਵਾਂਗੇ ਅਤੇ ਜਿੰਨੇ ਸ਼ਹੀਦ ਹੋਏ ਨੇ ਅਗਨੀਵੀਰ ਦੇ ਉਹਨਾਂ ਨੂੰ ਪੂਰੇ ਫੌਜੀ ਦੇ ਸ਼ਹੀਦ ਹੋਣ ਦੇ ਜਿਹੜੇ ਬੈਨੀਫਿਟ ਉਹਨਾਂ ਸਾਰੇ ਮਿਲਣਗੇ। ਸਰ, ਇਹ ਤੁਸੀਂ ਬਹੁਤ ਇੱਕ ਜ਼ਿੰਮੇਵਾਰੀ ਵਾਲਾ ਬਿਆਨ ਕਾਂਗਰਸ ਦੇ ਵੱਲੋਂ ਦੇ ਰਹੇ ਹੋ ਰਾਹੁਲ ਗਾਂਧੀ ਜੀ ਵੱਲੋਂ, ਮਤਲਬ ਕਿ ਤੁਹਾਡਾ ਕੀ ਮਤਲਬ ਰਾਹੁਲ ਗਾਂਧੀ ਜੀ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਕੀ ਯਾਰ? ਇਹ ਜਿਹੜਾ ਮੈਂ ਤੁਹਾਨੂੰ ਗੱਲ ਕਹਿ ਰਿਹਾ ਇਹ ਵੈਸੇ ਸਾਡੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ 'ਚ ਹੈ। ਅਸੀਂ ਸਪਸ਼ਟ ਤੌਰ 'ਤੇ ਦੇਸ਼ ਦੇ ਲੋਕਾਂ ਅੱਗੇ ਇਹ ਮੈਨੀਫੈਸਟੋ ਰੱਖ ਚੁੱਕੇ ਹਾਂ ਕਿ ਅਸੀਂ ਅਗਨੀਵੀਰ ਸਕੀਮ ਬੰਦ ਕਰਕੇ ਆਹ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਕਹੀਆਂ ਇਹ ਸਾਰੀਆਂ ਚੀਜ਼ਾਂ ਅਸੀਂ ਕਰਾਂਗੇ। ਅਤੇ ਅੱਜ ਵੀ ਰਾਹੁਲ ਗਾਂਧੀ ਜੀ ਵੈਸੇ ਤਾਂ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀ, ਅਤੇ 40 ਮਿੰਟ 'ਚ ਮੈਨੂੰ ਲੱਗਦਾ 35 ਮਿੰਟ ਦਾ ਦੁਖੀ ਸਾਂਝਾ ਹੋਇਆ, ਪਰਿਵਾਰ ਦੀਆਂ ਗੱਲਾਂ ਹੋਈਆਂ ਨੇ, ਪਰਿਵਾਰ ਦਾ ਪਰਿਵਾਰ ਦੇ ਵਿੱਚ ਇੱਕੋ ਜੀ ਸੀ ਜਿਹੜਾ ਜਵਾਨ ਮੁੰਡਾ ਸੀ ਉਹ ਚਲਿਆ ਗਿਆ, ਉਹਦੇ ਸੰਘਰਸ਼, ਉਹਦਾ ਜੀਵਨ, ਉਹਦਾ ਬਚਪਨ, ਉਹ ਜਿਹੜਾ ਗਰੀਬੀ 'ਚ ਇੱਕ ਕਮਰੇ ਦੇ ਘਰ 'ਚ ਰਹਿੰਦਾ ਪੂਰਾ ਪਰਿਵਾਰ, ਉਹਨਾਂ ਦਾ ਜ਼ਿੰਦਗੀ ਬਾਰੇ ਗੱਲਬਾਤ ਹੋਈ। ਉਹਦੇ 'ਚ ਰਾਹੁਲ ਗਾਂਧੀ ਨੇ ਵੀ ਸਪਸ਼ਟ ਤੌਰ 'ਤੇ ਕਹਿਤਾ ਵੀ ਅਸੀਂ ਤਾਂ ਬੜੇ ਸਾਫ਼ ਹਾਂ, ਤੁਹਾਨੂੰ ਸ਼ਹਾਦਤ ਦਾ ਪੂਰਾ ਸਨਮਾਨ ਮਿਲੂਗਾ ਅਤੇ ਅਗਨੀਵੀਰ ਸਕੀਮ ਬੰਦ ਕੀਤੀ ਜਾਵੇ। ਸਰ, ਤੁਸੀਂ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਦੇ ਨਾਲ ਨਾਲ ਕਾਂਗਰਸ ਨੇ ਹੋਰ ਤੁਹਾਨੂੰ ਕੀ ਮਤਲਬ ਜ਼ਿੰਮੇਵਾਰੀ ਦਿੱਤੀ ਹੈ ਸ਼੍ਰੀ ਰਾਹੁਲ ਗਾਂਧੀ ਜੀ ਨੇ? ਜੀ, ਮੈਂ ਰਾਹੁਲ ਗਾਂਧੀ ਦੇ ਦਫ਼ਤਰ ਅੰਦਰ ਲੋਕ ਨੀਤੀ ਦਾ ਕੰਮ ਕਰਦਾ, ਮੈਂ ਯਾਤਰਾ ਅੰਦਰ ਵੀ ਸੀਗਾ, ਮੈਂ ਪਬਲਿਕ ਪੋਲਿਸੀ ਦਾ ਕੰਮ ਪਹਿਲਾਂ ਯਾਤਰਾ ਤੋਂ ਪਹਿਲਾਂ ਪੰਜਾਬ 'ਚ ਵੀ ਕੀਤਾ, ਪੰਜਾਬ ਮਾਡਲ ਬਣਾਇਆ, ਜਿੱਤੇਗਾ ਪੰਜਾਬ ਵਾਲਾ ਕੰਮ ਕੀਤਾ। ਉਸ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ 'ਚ ਵੀ 4-5 ਸਾਲ ਸਲਾਹਕਾਰ ਰਹੇ ਹਾਂ ਲੋਕ ਨੀਤੀ ਵਾਸਤੇ, ਅਤੇ ਮੇਰੀ ਬੜੀ ਇੱਛਾ ਹੈ ਕਿ ਮੈਂ ਪੰਜਾਬ ਦਾ ਕੁਝ ਭਲਾ ਕਰ ਸਕਾਂ। ਇਸ ਕਰਕੇ ਮੈਂ ਸਭ ਕੁਝ ਛੱਡ ਕੇ ਇਹ ਲੋਕ ਨੀਤੀ ਵਾਲੇ ਰਾਹ 'ਤੇ ਚੱਲਿਆ ਕਿ ਪੰਜਾਬ ਨੂੰ ਲੋੜ ਹੈ ਮੁੜ ਉਸਾਰਨ ਦੀ, ਮੁੜ ਚੰਗੇ ਰਾਹ 'ਤੇ ਪਾਉਣ ਦੀ, ਪੰਜਾਬ ਦਾ ਕਰਜ਼ਾ ਲਾਹੁਣ ਦੀ, ਕਿਸਾਨੀ ਦੇ ਸੁੱਖ ਦੇ ਰਾਹ 'ਤੇ ਤੋਰਨ ਦੀ, ਕਿਉਂਕਿ ਪਿਛਲੇ 15-20 ਸਾਲਾਂ ਤੋਂ ਕਿਸਾਨੀ ਡੁੱਬਦੀ ਜਾ ਰਹੀ ਹੈ। ਆਪਾਂ ਆਸ ਪਾਸ ਦੇਖ ਹੀ ਰਹੇ ਹਾਂ ਕਿ ਕਿਸਾਨੀ ਕਿੱਡੇ ਵੱਡੇ ਕ੍ਰਾਈਸਿਸ 'ਚ ਹੈ, ਉਹ ਕ੍ਰਾਈਸਿਸ ਵੱਧ ਰਿਹਾ, ਅਤੇ ਜਵਾਨੀ ਨੂੰ ਸਾਡੀ ਜਿਹੜੀ 40 ਲੱਖ ਬਾਹਰ ਪੜ੍ਹਨ ਜਾ ਰਹੇ ਨੇ ਉਹਨਾਂ ਇੱਥੇ ਰੋਜ਼ਗਾਰ ਦੇਣ ਦੀ, ਅਤੇ ਮੇਰਾ ਇਹ ਇੱਛਾ ਹੈ। ਮੈਂ ਰਾਹੁਲ ਗਾਂਧੀ ਨਾਲ ਵੀ ਉਹੀ ਕੰਮ ਕਰਦਾ ਜੀ, ਲੋਕ ਨੀਤੀ ਦਾ ਕੰਮ ਕਰਦਾ, ਪਬਲਿਕ ਪੋਲਿਸੀ ਬਣਾਉਣ ਦਾ ਕੰਮ ਕਰਦਾ, ਅਤੇ ਮੈਂ ਇਲੈਕਸ਼ਨ ਇਸ ਕਰਕੇ ਲੜਦਾ ਕਿਉਂਕਿ ਮੈਂ ਸਮਝ ਚੁੱਕਿਆ ਕਿ ਲੋਕ ਨੀਤੀਆਂ ਬਣਾ ਕੇ ਕੁਛ ਨਹੀਂ ਹੋਣਾ, ਇਹਦੇ ਪਿੱਛੇ ਦੀ ਤਾਕਤ ਹੋਣੀ ਬਹੁਤ ਜ਼ਰੂਰੀ ਹੈ। ਸਰ, ਜਿਵੇਂ ਰਾਹੁਲ ਗਾਂਧੀ ਜੀ ਅਚਾਨਕ ਉੱਥੇ ਰਾਮਗੜ੍ਹ ਸਰਦਾਰਾਂ ਪਹੁੰਚੇ ਨੇ, ਜਿਹੜੇ ਕਿ ਰੂਟ ਪਲੈਨ ਦੇ ਵਿੱਚ ਬਿਲਕੁਲ ਵੀ ਨਹੀਂ ਸੀਗਾ, ਕਾਂਗਰਸ ਦੇ ਕਿਸੇ ਅਹੁਦੇਦਾਰ ਨੂੰ ਜਾਲ ਨਹੀਂ ਪਤਾ ਸੀਗਾ, ਇਹ ਅਚਾਨਕ ਕਿਵੇਂ ਪ੍ਰੋਗਰਾਮ ਬਣਿਆ ਜੀ? ਮੇਰੇ ਨਾਲ ਪਿਛਲੇ 4-5 ਦਿਨਾਂ ਤੋਂ ਰਾਹੁਲ ਜੀ ਦੀ ਉਹਨਾਂ ਦੇ ਆਫਿਸ ਦੀ ਗੱਲ ਚੱਲ ਰਹੀ ਹੈ। ਉਹਨਾਂ ਦੀ ਆਪਦੀ ਇੱਛਾ ਸੀ ਕਿ ਉਹ ਇਹ ਕਰਾਉਣ, ਉਹਨਾਂ ਨੇ ਮੇਰੇ 'ਤੇ ਜ਼ਿੰਮੇਵਾਰੀ ਪਾਈ ਕਿ ਮੈਂ ਇਹਨੂੰ ਕਰਾਵਾਂ। ਮੈਂ ਮੌਕੇ 'ਤੇ ਅੱਜ ਤੋਂ 5 ਦਿਨ ਪਹਿਲਾਂ ਆਇਆ, ਮੈਂ ਪਰਿਵਾਰ ਨਾਲ ਗੱਲ ਮੀਟਿੰਗ ਕੀਤੀ, ਉਸ ਤੋਂ ਬਾਅਦ ਲਗਾਤਾਰ ਇਹ ਬਣਾਉਂਦਾ ਰਿਹਾ। ਰਾਹੁਲ ਗਾਂਧੀ ਦੀ ਲੁਧਿਆਣਾ ਅਤੇ ਪਟਿਆਲੇ ਰੈਲੀ ਇਸ ਟਾਈਮ 'ਤੇ ਇਸ ਦਿਨ ਐਂ ਰਖਾਈਆਂ ਵੀ ਅਸੀਂ ਕਰਕੇ ਗਈਆਂ ਕਿ ਉਹਦੇ ਅੰਦਰ 3-4 ਘੰਟਿਆਂ ਦਾ ਗੈਪ ਹੋਵੇ,
ਤੇ ਉਹਦੇ ਅੰਦਰ 2.5-3 ਘੰਟੇ ਸਿਰਫ ਗੱਡੀ ਨਾਲ ਸਫ਼ਰ ਕੀਤਾ ਉਹਨਾਂ ਨੇ ਇੰਨੇ ਸਿਕਿਉਰਿਟੀ ਥਰੈਟ ਦੇ ਵਿੱਚ। ਪਹਿਲੀ ਵਾਰੀ ਹੋਇਆ ਵੀ ਇੰਨਾ ਲੰਮਾ ਲੁਧਿਆਣੇ ਤੋਂ ਪਟਿਆਲੇ ਤੱਕ ਦਾ ਸਫ਼ਰ ਬਾਈ ਰੋਡ ਕੀਤਾ ਰਾਹੁਲ ਗਾਂਧੀ ਜੀ ਨੇ, ਤੇ ਉਹਦੇ ਅੰਦਰ ਜ਼ਿਆਦਾਤਰ ਸਫ਼ਰ 95% ਸਫ਼ਰ ਅਸੀਂ ਅੰਮ੍ਰਿਤਗੜ੍ਹ 'ਚ ਕਰਾਇਆ। ਫਿਰ ਤਾਂ ਠੀਕ ਹੈ ਨਾ, ਫਿਰ ਤਾਂ ਸਾਡੀ ਕਰਕੇ ਗਏ ਨੇ। ਅਸੀਂ ਉਹਨਾਂ ਨੂੰ ਕਿਹਾ ਸੀਗਾ, ਮੈਂ ਕਿਹਾ ਮੇਰਾ ਹੀ ਹਲਕਾ, ਕੋਈ ਗੱਲ ਨਹੀਂ, ਉਦੋਂ ਸ਼ੁਰੂ ਕਰ ਲਾਂਗੇ ਗਿੱਲਾਂ ਤੋਂ ਬਾਅਦ ਅਤੇ 90 ਤੱਕ ਆਪਣਾ ਹੀ ਹਲਕਾ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੋਟਾਂ ਦਾ ਜਿਹੜਾ ਰੁਝਾਨ ਕਰ ਰਿਹਾ ਆਖਰੀ ਪੜਾਅ ਦੇ ਵਿੱਚ? ਦੇਖੋ ਦੇਖੋ ਬੜੀ ਸਾਫ਼ ਅਤੇ ਸਪਸ਼ਟ ਗੱਲ ਹੈ, ਭਾਰਤ ਦੇ ਲੋਕਾਂ ਨੇ ਨਿਰਣੇ ਕਰ ਲਿਆ ਕਿ ਉਹਨਾਂ ਨੇ ਭਾਜਪਾ ਦੀ ਸਰਕਾਰ ਹਟਾਉਣੀ ਹੈ ਅਤੇ ਕਾਂਗਰਸ ਦੀ ਲਿਆਉਣੀ ਹੈ। ਪੰਜਾਬ ਦੇ ਲੋਕਾਂ ਦਾ ਮਨ ਸਾਫ਼ ਲੱਗ ਰਿਹਾ, ਅਸੀਂ ਕੁਝ ਵੀ ਨਹੀਂ ਕਰ ਰਹੇ, ਪੰਜਾਬ ਦੇ ਲੋਕ ਆਪ ਹੀ ਕਾਂਗਰਸ ਸਰਕਾਰ ਬਣਾਉਣ ਲੱਗੇ ਹੋਏ।